जी नाजरीन, आज मैं फैसलाबाद बुलेवार्ड मॉल दे विच आई सी। ते इत्थे मैं लोगों नाल गल्लां कीतियां, ते चलो चलदे होर देखदे हां, लोगों नाल गल्लां करदे हां। आज मैनू ऐसे दो करैक्टर नज़र आए जिन्हां नूं तुसीं जानदे होंगे, लेकिन अज मैं उन्होंने पुछदी हाँ, छापा मारदे फड़दे इत्थे बैठे की करदे पे। चलो आ जाओ। अस्सलाम वालेकुम। वालेकुम सलाम। वालेकुम सलाम। ਤੁਸੀਂ ਕੀ ਇੱਥੇ ਕਰ ਰਹੇ? ਮੈਂ ਮਤਲਬ ਕਿ ਬਾਰਡਰ ਟੱਪ ਜਾਵਾਂ ਤੂੰ ਦੱਸ ਦੇ ਰੋਟੀ ਬੇਟੇ ਇਹਨਾਂ ਤਾਂ ਮੈਨੂੰ ਦੱਸਿਆ ਹੀ ਨਹੀਂ ਗਾ ਤੂੰ ਇਹਨਾਂ ਨੇ ਇੰਟਰਵਿਊ ਤੁਹਾਨੂੰ ਮੈਂ ਕਿਹਾ ਵੀ ਚੱਲਿਆ ਸਰ, ਮੈਂ ਕਿਹਾ ਵੀ ਇਹ ਮੇਰਾ ਦੱਸਿਆ ਨਾ ਕਰਕੇ ਸਮਝ ਤਾਂ ਜੀ ਨਹੀਂ, ਮੈਂ ਤੁਹਾਡੇ ਨਾਲ ਕਿਤੇ ਜਾਂਦਾ ਆਉਣ ਜਾਣ ਦੇ ਕਾਬਲ ਹੀ ਨਹੀਂ ਆ ਤੁਸੀਂ, ਕਿ ਤੁਹਾਡਾ ਕਿਉਂ ਨਹੀਂ ਦੱਸਣਾ ਚਾਹੀਦਾ? ਜਿੱਥੇ ਮਰਦੀ ਲਗੜ ਬਗਾ ਕੌਣ? ਲਗੜ ਬਗੜ ਕੌਣ? ਤੁਸੀਂ ਉਹ ਜਾ ਯਾਰ, ਕੰਮ ਕਰ ਯਾਰ, ਤੂੰ ਦੱਸਣ ਕਿਹਨੂੰ ਡਿਆ ਹੁਣ ਯਾਰ? ਐਂਕਰ ਆਜ਼ਮ ਪੂਰੇ ਵਰਲਡ ਫੇਮ ਹੋਏ ਨੇ, ਅਕੀਰ ਆਪਣਾ ਫਨ ਟਾਈਮ ਕੱਢ ਕੇ ਦੇਖ ਮਾਸ਼ਾਅੱਲਾ। ਅੱਛਾ ਹਾਂ, ਲੈ 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 ਕੀ ਤੁਹਾਡੇ ਪੂਰੇ ਖਾਨਦਾਨ 'ਚ ਇੱਦਾਂ ਦੀ ਕੋਈ ਕੁੜੀ ਹੈ ਤੁਹਾਡੇ ਦੇ? ਉਹ ਕੁੜੀਆਂ ਵਾ ਜਿਹਦੇ ਇੱਥੇ ਛਪਾਕੀ, ਇੱਥੇ ਲਾਕੜਾ ਕਾਕੜਾ ਫੋੜੇ ਨਿਕਲੇ। ਅੱਛਾ, ਤੇਰੀ ਦੇ ਇੱਥੇ ਟੈਟੂ ਬਣੇ ਆ ਸੁਪਰਮੈਨ ਦਾ, ਹੈਨਾ? ਲੜਾਈ ਪਈ ਹੋਈ ਆ ਮੇਰੇ ਘਰ, ਸ਼ਾਦੀ ਅਸੀਂ ਬਾਹਰ ਨਹੀਂ ਨਾ ਕਰਦੇ, ਸ਼ਾਦੀ ਅਸੀਂ ਆਪਣਿਆਂ 'ਚ ਕਰਦੇ ਆ, ਬਾਹਰ ਨਹੀਂ ਸ਼ਾਦੀ ਕਰਦੇ। ਬਾਹਰ ਇਸ ਤੋਂ ਨਹੀਂ ਕਰਦੇ, ਬਾਹਰ ਪਾਣੀ ਬਹੁਤ ਖੜਾ ਨਾ, ਟੈਂਟ ਲਾਉਣ ਨੂੰ ਜਗ੍ਹਾ ਨਹੀਂ ਹੈ ਤੇ ਅੰਦਰ ਹੀ ਕਰਦੇ ਬਸ। ਨਹੀਂ ਨਹੀਂ, ਸ਼ਾਦੀ ਜਿਹੜੀ ਹੈ ਨਾ ਅਸੀਂ ਆਪਣਿਆਂ 'ਚ ਹੀ ਕਰਦੇ ਹਾਂ, ਜਿਵੇਂ ਮੇਰੀ ਅੰਮੀ ਨੇ ਮੇਰੇ ਅੱਬੂ ਨਾਲ ਕੀਤੀ ਸ਼ਾਦੀ, ਮੇਰੇ ਭਰਾ ਨੇ ਮੇਰੀ ਭਾਬੀ ਨਾਲ ਕੀਤੀ, ਮੇਰੇ ਤਾਏ ਨੇ ਮੇਰੀ ਤਾਈ ਨਾਲ ਕੀਤੀ, ਮੈਂ ਆਪਣੀ ਬੁੱਢੀ ਨਾਲ ਕਰਨੀ ਸ਼ਾਦੀ। ਯਾਰ ਫਟਾਫਟ ਕਰ ਲਾ, ਕਿਤੇ ਭਰਜਾਈ ਮੁੱਕਰ ਨਾ ਜਾਏ। ਉਹ ਯਾਰ ਮਿੱਠੇ, ਸ਼ਾਦੀ ਦਾ ਤਾਂ ਤੈਨੂੰ ਪਤਾ ਹੀ ਆ ਕਿੰਨੀਆਂ ਕੁੜੀਆਂ ਮੇਰੇ ਤੇ ਮਰਦੀਆਂ ਵਾ। ਤੁਹਾਡਾ ਵਿਆਹ ਨਹੀਂ ਹੋਇਆ ਹਾਲੇ ਤੱਕ? ਮੇਰੀ ਸ਼ਾਦੀ ਨਹੀਂ ਹੋਈ। ਕਿਉਂ? ਅਭੀ ਮੇਰੇ ਖਾਬੋਂ ਕੀ ਰਾਣੀ ਮੁਝੇ ਮਿਲੀ ਨਹੀਂ। ਤੁਹਾਨੂੰ ਕਿਹੋ ਜਿਹੀ ਰਾਣੀ ਚਾਹੀਦੀ ਆ? ਰਾਣੀ ਮੁਝੇ ਚਾਹੀਏ ਇਹਨੂੰ, ਉਹ ਰਾਣੀ ਚਾਹੀਦੀ ਰਾਤ ਨੂੰ ਘਰੋਂ ਆਵੇ, ਤੈਨੂੰ ਆ ਕਵੇ ਰੋਟੀ ਬਾਅਦ 'ਚ ਖਾਲੀ, ਪਹਿਲਾਂ ਤਾਸ਼ ਖੇਡ ਵੇਨਾ, ਇਹਨੂੰ ਇਹਦੀ ਡੱਬੀ 'ਚੋਂ ਸਿਗਰਟ ਕੱਢ ਕੇ ਪੀ ਲਿਆ ਕਰੇ, ਉਹ ਰਾਣੀ ਚਾਹੀਦੀ ਇਹਨੂੰ। ਅੱਛਾ, ਤੁਸੀਂ ਕਿੱਧਰ ਫਿਰਦੇ ਪਏ ਮੈਨੂੰ ਆਹ ਤਾਂ ਦੱਸੋ ਪਹਿਲਾਂ। ਮੈਂ ਤੁਹਾਨੂੰ ਕੀ ਦੱਸਾਂ, ਪ੍ਰੋਗਰਾਮ ਕਰਨ ਆਈ ਸੀ, ਮਿਹਨਤ ਮਜ਼ਦੂਰੀ ਕਰਨ ਵਾਲੀ ਬੰਦੀ ਹਾਂ ਮੈਂ, ਕਿ ਚਲੋ ਮਜ਼ਦੂਰੀ ਕਰਦੇ ਹੋ ਤਾਂ ਮਿਹਨਤ ਤੂੰ ਹਲੇ ਦੀਦੀ ਕੀਤੀ ਨਹੀਂ ਹੈ, ਤੇ ਮਿਹਨਤ ਕਰਨੀ ਪਵੇ ਲੱਗ ਪਤਾ ਜਾਵੇ ਤੁਹਾਨੂੰ। ਤੇ ਹੋਰ ਕੀ ਕਰਦੀ ਹਾਂ ਮੈਂ? ਤੁਸੀਂ ਪ੍ਰੋਗਰਾਮ ਰਹਿਣ ਦਿਓ, ਆਪਣਾ ਪੁੱਤਖਾਨਾ ਕਰ ਲਓ ਪਹਿਲਾਂ, ਦੇਖ ਲੈ ਤੈਨੂੰ ਕਿੰਨੀ ਇੱਜ਼ਤ ਦੇ ਰਹੇ ਆ ਅਗਲੇ। ਆਪ ਕਹਿ ਰਹੇ ਮੈਨੂੰ ਭਾਈ ਕਿਹਾ, ਤੈਨੂੰ ਵੀ ਭਾਈ ਕਿਹਾ ਵਾ, ਹੁਣ ਦੱਸੋ ਕੀ ਮਸਲਾ? ਇਹ ਬੰਦਾ ਸਿਆਣਾ ਵਾ, ਅੱਲਾ ਦਾ ਸ਼ੁਕਰ। ਆਉਂਦਰ ਤੇ ਮੈਂ ਤਾਂ ਕਰਾਂ ਜੇ ਉਹਨਾਂ ਦੇ ਕੋਲ ਉਹਨਾਂ ਦਾ ਪਰਸ ਹੋਵੇ, ਆਉਂਦਰ ਕੀ ਕਰੀਏ ਅਸੀਂ? ਇਹ ਕੁਛ ਵੀ ਹੁੰਦੀ, ਮੈਂ ਇੰਨੇ ਸ਼ੋਅ ਇਹਨਾਂ ਕੀਤੇ ਆ, ਅੱਜ ਤੱਕ ਇੱਕ ਰੁਪਿਆ ਨਹੀਂ ਦਿੱਤਾ। ਤਾਂ ਫਿਰ ਮੈਨੂੰ ਕਿਉਂ ਵਿੱਚ ਕਰਾਇਆ? ਉਹ ਆਪਾਂ ਤਾਂ ਹੁਣ ਅਚਾਨਕ ਆ ਗਏ, ਪਤਾ ਨਹੀਂ ਇਹਨੂੰ ਪਤਾ ਲੱਗਦਾ ਵੀ ਇੱਥੇ ਆਇਆ। ਇਹਨਾਂ ਵਾਲੇ ਤੂੰ ਤਾਂ ਕਿਹਾ ਸੀ ਤੁਹਾਨੂੰ ਰੋਟੀ ਖਵਾਓਗੀ। ਦੱਸ, ਮੈਂ ਤਾਂ ਨਹੀਂ ਕਿਹਾ, ਦੱਸੀ ਜੋ ਤੁਹਾਨੂੰ ਰੋਟੀ ਖਵਾਓਗੀ। ਕੀ ਖਾਣਾ ਪੀਣਾ ਆਪਣੇ? ਮੈਂ ਕੁਛ ਨਹੀਂ। ਸਾਸੀ ਖਾਣਾ? ਨਾ, ਤੁਸੀਂ ਮੇਰੇ ਪੈਸੇ ਲਵਾਣੇ, ਮੈਂ ਕੁਛ ਨਹੀਂ ਖਾਣਾ, ਮੈਂ ਖਾ ਪੀ ਕੇ ਆਇਆ। ਕਸਮ ਨਹੀਂ ਲਵਾਉਂਦੇ ਤੁਹਾਡੇ ਪੈਸੇ, ਵੇਖ ਲੈ। ਫਿਰ ਆਪਣੇ ਆਪਣੇ ਪੈਸੇ ਦੋਗੇ? ਨਹੀਂ। ਤੇ ਫਿਰ ਇਹ ਕਹਿੰਦਾ ਰੋਟੀ ਖਾਣੀ ਹੈ, ਮੈਂ ਕਹਿੰਦਾ ਹੁਣ ਦੇਖੋ ਮੈਂ ਸ਼ਾਦੀ ਮੇਰੀ ਜਦੋਂ ਹੋਏਗੀ ਰੋਟੀ ਅਗਲਿਆਂ ਨੇ ਖੋਲਣੀ ਹੈ ਤੇ ਖਾ ਲਵੇ ਜਿੰਨੀ ਮਰਜ਼ੀ, ਜਿੰਨਾ ਮਰਜ਼ੀ ਦੇ ਦੇ ਕਰੇ। ਤੁਹਾਡੀ ਸ਼ਾਦੀ 5 ਸਾਲ ਬਾਅਦ ਹੋਏ, ਫੇਰ ਉਹ ਇੰਤਜ਼ਾਰ ਕਰ ਰਿਹਾ। ਨਹੀਂ ਤਾਂ ਨਹੀਂ ਲੇਟ ਹੋਣਾ ਮੈਂ। ਹੋਈ ਹੋਈ ਆ, ਹੋਈ ਹੋਈ ਆ ਸ਼ਾਦੀ ਹੋਈ ਹੋਈ ਆ। ਤੁਮਾ ਖਰਾਬ ਆ, ਕਰ ਗੁਮਰਾਹ ਦੁਨੀਆ ਨੂੰ, ਕਰ ਗੁਮਰਾਹ, ਦੱਸ ਸਾਰਿਆਂ ਨੂੰ ਐਲਾਨ ਕਰਾ ਹੋਈ ਹੋਈ ਆ। ਮੈਨੂੰ ਪਤਾ ਵਾ ਕਿ ਤੈਨੂੰ ਪਤਾ ਵਾ, ਨਹੀਂ ਹੋਈ ਪੱਕੇ ਪੈਂਚਰ ਦੀ ਅੱਖਾਂ ਵਾ ਉਹ ਯਾਰ ਬੁੱਠੇ। ਨਹੀਂ ਯਾਰ ਤੈਨੂੰ ਪਤਾ ਜਾਗ ਜਾ ਕੇ ਹੁੰਦਾ, ਜਿਹੜੀ ਸ਼ਾਇਰ ਦੌਲਤ ਹੀ ਇੰਨੀ ਆ, ਜਾਗਣਾ ਪੈਂਦਾ, ਨੀਂਦ ਹੀ ਨਹੀਂ ਆਉਂਦੀ। ਕਿਹਦੇ ਕੋਲ ਦੌਲਤ ਇੰਨੀ ਆ? ਮੇਰੇ ਕੋਲ ਹੋਰ ਕਿਤੇ ਕੋਲ? ਤੇਰੇ ਬੱਚੇ ਸਕੂਲੇ ਜਾਂਦੇ ਆ, ਸਭ ਤੋਂ ਵੱਡਾ ਬੁਲਬੁਲਾ ਨੱਕ ਜੋ ਤੇਰੇ ਬੱਚਿਆਂ ਦੇ ਆਉਂਦਾ ਵਾ, ਤੂੰ ਪੈਸੇ ਕਹਿਣਦੇ ਆ ਨੱਕ ਜਿਹੜਾ ਬੁਲਬੁਲ। ਯਾਰ ਉਹ ਬੁਲਬੁਲੇ ਲੈ ਕੇ ਜਾਂਦੇ ਉਹ ਜਿਹੜੇ ਨੀ ਕਰਕੇ ਮਰਦੇ, ਉਹ ਬੁਲਬੁਲੇ ਨਾਲ ਲੈ ਕੇ ਜਾਂਦੇ। ਨੀਲੀ ਵਰਦੀ ਲੱਗੀ ਤੂੰ ਤੇ ਪੀਲੀ ਸਲਾਈ, ਮੇਰੀ ਤੇ ਸ਼ਾਦੀ ਨਹੀਂ ਹੋਈ, ਸ਼ਾਦੀ ਨਹੀਂ ਹੋਈ, ਕਰ ਗੁਮਰਾਹ ਸਾਰੀ ਦੁਨੀਆ। ਕਾਹਦਾ ਝੂਠ ਬੋਲਣ ਨੇ? ਝੂਠ ਕਾਹਤੋਂ ਬੋਲਣਾ, ਉਹਨਾਂ ਨੂੰ ਨਹੀਂ ਪਤਾ ਹੈਗਾ। ਤੁਸੀਂ ਵੀ ਮੇਰੀ ਸ਼ਾਦੀ 'ਤੇ ਆਉਣਾ, ਠੀਕ ਹੈ ਨਾ? ਮੇਰੀ ਸ਼ਾਦੀ 'ਤੇ ਆਉਣਾ, ਸਾਰੀ ਵਿਦ ਫੈਮਿਲੀ ਤੁਸੀਂ ਸ਼ਾਦੀ 'ਤੇ ਆਉਣਾ। ਮੇਰੀ ਸ਼ਾਦੀ ਨਾ, ਮੇਰੀ ਸਲਾਹ ਬਣਦੀ ਪਈ ਹੈ ਕਿ ਸ਼ਾਇਦ ਹੈਲੀਕਾਪਟਰ 'ਤੇ ਮੇਰੀ ਬਰਾਤ ਜਾਵੇ। ਹੈ? ਹਾਂ, ਹੈਲੀਕਾਪਟਰ ਦੇ ਮਿੱਟੇ ਮਜ਼ੇ ਆ ਜਿਹੜੇ। ਓਏ ਅੱਲਾ ਮਾਫੀ ਦੇਵੇ, ਇਹਦੇ ਘਰ ਦੇ ਬਾਰੇ ਦਾਦੇ ਦੀ ਗੋਤਾ ਰੇੜੀ ਇੱਦਾਂ ਖੜੀ ਜਿਵੇਂ ਤੋਪ ਨਹੀਂ ਖੜੀ ਹੁੰਦੀ ਇੰਜ ਕਰਕੇ ਵੀ ਹੁਣੇ ਹਮਲਾ ਕਰ ਦੇਣਾ ਅਤੇ ਜਹਾਜ਼ 'ਤੇ। ਅੱਲਾ ਦਾ ਸ਼ੁਕਰ ਮੇਰੇ ਦਾਦਾ ਜੀ ਜੰਗਾਂ ਜੁੰਗਾਂ ਲੜਦੇ ਸੀ, ਉਹ ਸੀਗੇ ਡਿਊਰੀਅਸ। ਹਾਂ, ਡਿਊਰੀਅਸ। ਖੋਤਿਆਂ ਨਾਲ ਕੌਣ ਜੰਗ ਲੜਦਾ? ਨਹੀਂ ਨਹੀਂ, ਐਵੇਂ ਬਕਵਾਸ ਕਰ ਰਿਹਾ। ਦਰਅਸਲ ਜੰਗਜੂ ਸੀਗੇ ਮੇਰੇ ਦਾਦਾ ਜੀ, ਉਹ ਹੈਗੇ ਸੀ ਡਿਊਰੀਅਸ, ਇਹ ਗੋਤਾਖੋਰ ਨਹੀਂ ਜਿੰਨੇ ਹੁੰਦੇ, ਉਹ
ਵੀ ਮਤਲਬ ਜੰਗ ਜੂ ਸੀਗਾ ਬੂ ਮੌਲਾ ਲਾਈ ਖੈਰ ਮੈਨੂੰ ਛਾਲ ਪਾ ਦੇ ਇੰਜ ਕਰਕੇ ਅੱਛਾ ਅੱਛਾ ਬੱਤੀ ਬੋਰ ਦਾ ਚਮੋਟਾ ਲੱਗਾ ਬੂ ਮੌਲਾ ਲਾਈ ਖੈਰ ਦੁਸ਼ਮਣ ਦੇ ਲਾਸ਼ਾਂ ਪਾ ਦੇਣੀਆਂ ਫਿਰ ਦਾਤ ਨਜ਼ਰ ਲੈ ਕੇ ਆਉਣੀ ਉਹ ਦੁਸ਼ਮਣ ਜੋ ਡਿਊਰੀਅਸ ਸੀਗੇ ਡਿਊਰੀਅਸ ਇੰਗਲਿਸ਼ ਦਾ ਲਫ਼ਜ਼ ਹੈ ਡਿਊਰੀਅਸ ਉਹ ਗੋਤਾਖੋਰ ਨੂੰ ਕਹਿੰਦੇ ਨੇ ਉਹ ਥੱਲੇ ਡਾਇਮੰਡ ਵਗੈਰਾ ਹੀਰੇ ਵਗੈਰਾ ਸਾਡਾ ਡਾਇਮੰਡ ਦਾ ਕਾਰੋਬਾਰ ਇਹਦੇ ਘਰ ਖੁਦਾ ਦੀ ਕਸਮ ਗਿੱਠਾ ਨਲਕਾ ਲੱਗਾ ਛੋਟਾ ਨਲਕਾ ਤੇ ਜਿਹੜਾ ਡਿਊਰੀਅਸ ਦੱਸ ਰਿਹਾ ਨਾ ਗੋਤਾਖੋਰ ਜੇ ਲੱਖ ਵੀ ਨਹੀਂ ਹੈ ਜਿਹਦਾ ਇਹਦਾ ਦਾਦਾ ਨਲਕੇ ਥੱਲੇ ਬਹਿ ਕੇ ਨਹਾਉਂਦਾ ਨਾ ਇੱਥੇ ਤੇ ਹੱਥੀ ਵੱਜੀ ਆ ਤੇ ਦੋ ਵਾਰੀ ਪੂਰ ਪੂਰੀ ਪਾਰਟੀ ਉਹਦੇ ਵਿਚਾਰੇ ਪੂਰੀ ਕਲੋਨੀ 'ਚ ਸਾਡੇ ਨੇ ਸਾਡੇ ਸਿਰ ਰੈਡੀਮੇਡ ਪਾਣੀ ਲਿਆਉਂਦੇ ਆ ਬਾਹਰੋਂ ਕਿਹੜਾ ਰੈਡੀਮੇਡ ਪਾਣੀ ਉਹ ਜਿਹੜੀ ਏਡੀ ਜੀ ਬੋਤਲ ਹੁੰਦੀ ਹੈ ਕਲੀਉਨਾ ਹੈ ਕਲੀਉਨੇ ਵਾਲਿਆਂ ਦੀ ਬੋਤਲ ਨਹੀਂ ਜਿਹੜੀ ਹੁੰਦੀ ਉਹ ਗੱਡੀਆਂ ਸਾਰਾ ਟੱਪਰ ਬਾਹਰ ਥੜੇ ਤੇ ਕੱਢਦਾ ਉਹ ਮੱਛੀ ਦੀ ਵਜ੍ਹਾ ਤੋਂ ਉੱਥੇ ਏਸੀ ਲਗਾਵਾ ਏਸੀ ਇੱਥੇ ਲਗਾ ਥੜੇ ਤੇ ਹਾਂ ਬਹੁਤ ਵੀ ਦੇਣਾ ਥੜੇ ਤੇ ਏਸੀ ਲਵਾਇਆ ਇਹਨਾਂ ਨੇ ਬੇਜ਼ਬਾਨ ਕੁੱਤਾ ਘਰ ਭੁੱਖਾ ਮਾਰ ਮਾਰ ਮਾਰਤਾ ਸੀਗਾ ਉਹ ਦੌੜ ਗਿਆ ਹਿਜਰਤ ਕਰ ਗਿਆ ਤੇ ਡਿਊਰੀਅਸ ਏਸੀ ਪਰ ਕੀ ਦੱਸਿਆ ਤੁਸੀਂ ਤੇ ਇੱਥੇ ਬੈਠੇ ਆ ਕਿਦੋਂ ਭੱਜ ਗਿਆ ਚਲੋ ਸਵਾਲ ਦਾ ਜਵਾਬ ਦਿਓ ਰੋਟੀ ਤੇ ਖਵਾ ਯਾਰ ਤੈਨੂੰ ਸਵਾਲ ਤੇ ਪਹਿਲੇ ਪੁੱਛ ਲੈਣੇ ਤੇ ਸ਼ਾਇਦ ਅਸੀਂ ਜੇ ਤੇ ਜਾਈਏ ਉਹ ਕੋਣ ਇਹਦੇ ਕੋ ਜਿੱਤ ਕੇ ਦਿਖਾਈ ਬੰਦੇ ਨੇ ਸਵਾਲ ਵੀ ਪੁੱਛ ਲਾਂ ਵੀ ਕਿਹੜਾ ਜਾਨਵਰ 10 ਲੱਤਾਂ 10 ਅੱਖਾਂ 10 ਕੰਨ ਇਹਦੇ ਨਾਲ ਕੋਈ ਜਾਨਵਰ ਹੁੰਦਾ ਹੁੰਦਾ ਵਾ ਕਿਹੜਾ ਪੁੱਛ ਲੈਣ ਦੇ ਚਲੋ ਚਲੀ ਉਹ ਕੀੜਾ ਜਾਨਵਰ ਆ ਜਿਹੜੇ 13 ਦਿਲ ਹੁੰਦੇ ਕੀੜਾ ਕਿਹੜਾ ਜਾਨਵਰ ਆ ਦੱਸੋ ਕਹਿੰਦੀ ਕੀੜਾ ਕਿਹੜਾ ਜਾਨਵਰ ਆ ਕੀੜਾ ਜਾਨਵਰ ਆ ਜਿਹੜੇ 13 ਦਿਲ ਹੁੰਦੇ ਕੀੜਾ ਕਿਹੜਾ ਕੀੜਾ ਮੇਰਾ ਕੀੜਾ ਇਹੀ ਆ ਇਹ ਇਦਾਂ ਹੀ ਬੋਲਦੀ ਵਿਚਾਰੀ ਆਲੂ ਕੜੀ ਨੂੰ ਕਹਿੰਦੀ ਆਲੂ ਕਰੀ ਕੀੜੇ ਨੂੰ ਕਹਿੰਦੀ ਕੀੜਾ ਅੱਛਾ ਚਾ ਚੋੜੇ ਨੂੰ ਕਹਿੰਦੀ ਚੋਰਿਆ ਇਦਾਂ ਹੀ ਕਹਿੰਦੀ ਵਿਚਾਰੀ ਤੇ ਹੁਣ ਕੀ ਕਹਿਣ ਲਈ ਹੁਣ ਕਹਿੰਦੀ ਉਹ ਕੀੜਾ ਜਾਨਵਰ ਆ ਕੀੜਾ ਕੀੜਾ ਜਾਨਵਰ ਅੱਛਾ ਕਿਹੜਾ ਉਹ ਕੀੜਾ ਜਾਨਵਰ ਆ ਜਿਹਦੇ 13 ਦਿਲ ਆ ਹਾਂ 13 ਦਿਲ ਹਾਂ ਜੀ ਇਹ ਮੈਂ ਘਟਾ ਦੇਣਾ ਚਲੋ ਜੀ ਦੱਸੋ ਉਹ ਕਿਹੜਾ ਜਾਨਵਰ ਹੈ ਜਿਹੜੇ 13 ਦਿਲ ਆ ਖਦਾ ਦੇ ਬੰਦੇ ਉਹਨੇ ਕਿਹੜਾ ਵੀ ਤੈਨੂੰ ਹੌਂਡਾ ਬਾਟੂ ਦਾ ਨਾਮ ਦੇਣਾ ਵਾ ਬੜਾ ਬੜਾ ਦੱਸ ਜੇ ਨਹੀਂ ਹੁੰਦਾ ਯਾਰ ਜਾ ਯਾਰ ਮੇਰੇ ਜ਼ਿਹਨ ਚ ਵਾ ਕੱਲ ਮੈਂ ਪੜਿਆ ਸੀ ਯਾਰ ਕੱਲ ਤੋਂ ਕਿੱਥੋਂ ਪੜਿਆ ਕੱਲ ਤਾਂ ਤੂੰ ਜੁਮਾ ਛੁੱਟੀ ਸੀ ਕਿਹੜਾ ਹੋ ਸਕਦਾ ਤੂੰ ਕੋਈ ਦੱਸ ਦੇ ਮੇਰਾ ਜ਼ਿਹਨ ਜਿਹੜਾ ਕੰਮ ਕਰਨਾ ਮੈਂ ਦੱਸਦਾ ਫਿਰ ਤੂੰ ਕਹਿੰਦਾ ਯਾਰ ਮਿੱਠੇ ਤੋਂ ਕਾਪੀ ਕੀਤੀ ਮੈਂ ਦੱਸ ਦੇ ਨਾ ਜਿੱਤਣਾ ਹੀ ਆ ਦੋਵਾਂ ਨੂੰ ਮੈਂ ਤੁਹਾਨੂੰ ਸਹੀ ਜਵਾਬ ਦਵਾਂ ਇਨਾਮ ਕੀ ਦਿਓਗੇ ਮੈਂ ਤੁਹਾਨੂੰ 12 ਰੁਪਏ ਦਵਾਂਗੀ ਉਹ ਕਿਹੜਾ ਜਾਨਵਰ ਆ ਦਰਵਾਜ਼ਾ ਹਰਾਉਣਾ ਦੱਸੋ ਤੁਸੀਂ ਦੱਸੋ ਹਾਰ ਗਏ ਤੁਸੀਂ ਦੱਸੋ ਹਾਰ ਗਏ ਤੁਸੀਂ ਵੀ ਹਾਰ ਗਏ ਮੈਂ ਵੀ ਹਾਰ ਗਿਆ ਮੈਨੂੰ ਜਵਾਬ ਸਵਾਲ ਹੋਰ ਕਰੋ ਇਹ ਤੋਂ ਹਾਰੂੰਗੇ ਤੇ ਕਰਾਂਗੀ ਮੇਲਾ ਮਾਫੀ ਦੇ ਭਲੇ ਪਕੌੜੀਆਂ ਹੁੰਦੀਆਂ ਵੀ ਕੀ ਕੁਝ ਪਾਇਆ ਅੱਜ ਕੱਪੜੇ ਅੱਜ ਕੱਪੜੇ ਨਹੀਂ ਬੜੇ ਜਾਣ ਰਹੇ ਜੁਗਤਾ ਇੱਥੇ ਮਾਸ਼ਾਅੱਲਾ ਬੜੇ ਸੋਹਣੇ ਲੱਗਣ ਰਹੇ ਹੋ ਮੱਛਰਦਾਨੀ ਜੀ ਪਾ ਕੇ ਫਿਰਨ ਰਹੇ ਹੋ ਖੈਰ ਹੋਵੇ ਤੁਹਾਡੀ ਸੇਵੀਆਂ ਦਾ ਪੈਕਟ ਨਹੀਂ ਹੁੰਦਾ ਉਦਾਂ ਲੱਗਣ ਰਹੇ ਖੈਰ ਹੋਵੇ ਤੁਹਾਡੀ ਹੋ ਗਿਆ ਚਲੋ ਇੱਕ ਹੋਰ ਸਵਾਲ ਦੱਸਾਂ ਤੇ ਬੰਟੇ ਲਈਏ ਨਾ ਵਿੱਚੋਂ ਇੱਕ ਅੱਧੀ ਇੰਜ ਦੀ ਚਿੱਦੀ ਨਿਕਲਦੀ ਹੈ ਜੀ ਮੈਂ ਵੀ ਜੁੱਤਾ ਮਾਰਾਂਗੀ ਸਬਰ ਕਰ ਲਓ ਉਹ ਕਿਹੜਾ ਜਾਨਵਰ ਆ ਮਿੱਠਾ ਹੈ ਨਾ ਮੈਂ ਵੀ ਪੁੱਛ ਲੱਗੀ ਸੀ ਮਿੱਠੇ ਨੂੰ ਪਤਾ ਜਿੱਤ ਗਏ ਤੁਸੀਂ ਦੱਸੋ ਉਹ ਕਿਹੜਾ ਜਾਨਵਰ ਆ ਜਿਹੜੀ ਸ਼ਕਲ ਤੁਹਾਡੇ ਨਾਲ ਮਿਲਦੀ ਆ ਸ਼ੇਰ ਆ ਤਾਂ ਜਾਨਵਰ ਸ਼ੇਰ ਸ਼ਕਲ ਦੇਖੋ ਸ਼ੀਸ਼ੇ ਜਾ ਕੇ ਸ਼ੇਰ ਨਹੀਂ ਸ਼ੇਰ ਨਹੀਂ ਭਾਈ ਕੀ ਗੱਲ ਹੋਈ ਤੈਨੂੰ ਮਿਲ ਗਈ ਪੈਣ ਦੇ ਯਾਰ ਨੂੰ ਕੁੜੀ ਜੁੱਪ ਜੁੱਤੀ ਸੰਗਾ ਤੂੰ ਸੈੱਟ ਹੋਵੇ ਤੇ ਵੀ ਜ਼ਿਆਦਾ ਖਰਾਬ ਰੋਟੀ ਮੈਂ ਤਾਂ ਸੀ ਜਾਣ ਲੱਗਾ ਸੀ ਮੇਰਾ ਜ਼ਿਹਨ ਤਾਂ ਗਿਆ ਸੀ ਆ ਗਿਆ ਸੀ ਤੇਰੀ ਵਜ੍ਹਾ ਤੋਂ ਚਲਾ ਗਿਆ ਤੂੰ ਨਾ ਤਰਾਨਾ ਲਾ ਕੇ ਇੱਕ ਵਾਰੀ ਸੁਣ ਲੈ ਤੇਰੇ ਜ਼ਿਹਨ ਚ ਕੁਛ ਆਉਣ ਗਿਆ ਬੜਾ ਕੁਛ ਸਬਰ ਕਰ ਲੈ ਮੇਰਾ ਭਾਈ ਤੂੰ ਤੇ ਆਂ ਜਦੋਂ ਮਿਲ ਗਈ ਪੈਣ ਦੇ ਸਫਲ ਲੜ ਕੇ ਤੈਨੂੰ 13 ਦਿਲ ਉਹ 13 ਦਿਲ ਵਾਲਾ ਹੋ ਗਿਆ ਭਾਈ ਹੋ ਗਿਆ ਅਗਲਾ ਸਵਾਲ ਮੇਰੇ ਪੁੱਛ ਲੈ ਕਿਹੜਾ ਜਾਨਵਰ ਹੈ ਜਿਹੜੀ ਸ਼ਕਲ ਪਾਣ ਮਿੱਠੇ ਨਾਲ ਮਿਲਦੀ ਉਹ ਸੋਚੋ ਇਹਨੂੰ ਚੂਹਾ ਕਹਿਣਾ ਵਾ ਮਾੜਾ ਗਰੀਬ ਬੰਦਾ ਨੂੰ ਛੋਟੇ ਜਾਨਵਰ ਦੱਸੇਗਾ ਇਹਨੇ ਕਦੀ ਤੈਨੂੰ ਚੀਤੇ ਨੂੰ ਚੱਲ ਚੂਹਾ ਸੋਹਣਾ ਹੁੰਦਾ ਹੀ ਉਹਨਾਂ ਨੇ ਕਹਿਣਾ ਨਹੀਂ ਨਿਓਲਾ ਵਾ ਇਹ ਹਾਰ ਗਏ ਹਲੇ ਜਿੱਤ ਨਹੀਂ ਰਹੇ ਇਹਨਾਂ ਨੂੰ ਖਵਾ ਖਬਰਦਾਰ ਹੱਥ ਲਾ ਅਸੀਂ ਪਹਿਲੇ ਤਾਂ ਕਿਹਾ ਹੋਇਆ ਵਾ ਐਵੇਂ ਹੀ ਲੈ ਖਬਰਦਾਰ ਹੱਥ ਲਾਇਆ ਬਾਅਦ ਚੋ ਜਵਾਬ ਸਹੀ ਦਵੋ ਸੁਣ ਲਿਆ ਹੁਣ ਜਵਾਬ ਦਊਂਗੇ ਤੇ ਆਏਗਾ ਦੁਬਾਰਾ ਆਹ ਤਾਂ ਪਤਾ ਐਡਾ ਸੌਖਾ ਜਵਾਬ ਮਗਰ ਮੱਛ ਜਿਹੜਾ ਉੱਡਦਾ ਨਹੀਂ ਹੈਗਾ ਉਹ ਮੈਨੂੰ ਅਪਾਹਜ ਜਿਹਾ ਹੀ ਲੱਗਦਾ ਕੋਈ ਉਹ ਭਾਈ ਇਹਦਾ ਜਾਨਵਰ ਆ ਮੈਨੂੰ ਪਤਾ ਨਹੀਂ ਆਪਣੀ ਮਰਜ਼ੀ ਨਾਲ ਡਾਉਣਾ ਹਾਲਾਂਕਿ ਉੱਡਦਾ ਵੀ ਹੋਇਆ ਉੱਡਣ ਨਹੀਂ ਦੇਣਾ ਸਾਡੇ ਕੋਲ ਹੀ ਉੱਡਣਾ ਦੇ ਕੀ ਤੂੰ ਇੱਥੇ ਅੱਗੇ ਆ ਜਾ ਆ ਜਾ ਤੂੰ ਤੰਗ ਹੋ ਰਿਹਾ ਤੂੰ ਇਹ ਕੀ ਬਾਤ ਤੂੰ ਯਾਰ ਤੂੰ ਸਵਾਲ ਬਦਲਾ ਤੇਰਾ ਚਿੱਠੀ ਚੀਕ ਕਮ ਆ ਰਿਹਾ ਮੈਂ ਬਦਲਾ ਮੈਂ ਉਹ ਤਾਂ ਬਚਲਾ ਪਰੇਸ਼ਾਨ ਪਾਗਲ ਕਰਤਾ ਉਹ ਰਿਆ ਉਹ ਤਾਂ ਚੱਲ ਜਾ ਚੱਲ
ਜੇ ਉਹਨੇ ਇੱਥੇ ਨਹੀਂ ਨਾ ਦਿੱਤਾ ਉਹਨੇ ਉੱਥੇ ਵੀ ਨਹੀਂ ਦੇਣਾ ਵੀ ਜੇ ਤੂੰ ਇੱਥੇ ਨਹੀਂ ਨਾ ਤਾਂ ਉੱਥੇ ਵੀ ਇਹ ਕੀ ਕਰਨ ਦੇ ਆ ਲਾਸ਼ ਵੇਖਣ ਦੇ ਆਇਆ अक्सर लोग कुंडी पा के फड़दे भी ओह ना गुडवा सप्प नहीं पता। अच्छा ठीक है तुसी सोच लो एक साल बाद मैं दोबारा इंशाल्लाह आवांगी फिर थोड़े को जवाब ले लवांगी। चलो नाजरीन चलते हैं ते वेले पिया पूजा भूल जाओ जवाब दिता वा। जी नाजरीन आज मैं फैसलाबाद बुलेवर्ड मॉल दे विच आई सी इत्थे लोगों ने मैं सवाल किए ते बड़िया गल्लां भी कीतियां। नाजरीन मेरे सवाल की सी मैं तुहानू दसां दस दवां मेरा एक सवाल यह सी कि ओह किहड़ा जानवर आ जिहड़े तेरा दिल हुंदे नाजरीन ओह हुंदा वा काकरोच काकरोच दे तेरा दिल हुंदे। नाजरीन मैं पूछा सी एक सवाल कि वह खीरा परिंदा जिहड़ा उड नहीं सकता वह मरिया परिंदा हुंदा जिहड़ा उड नहीं सकता। तो मेरा एक होर सवाल सी कि वह किहड़ी शै वा जिहड़ी गर्म करिए तो जम जाती आ किहड़ी शै सी। जी नाजरीन मेरा एक सवाल सी कि वह किहड़ी शै वा जिहड़ी गर्म करिए जम जाती वह हुंदा अंडा अंडा गर्म करिए तो जम जाता वा। तो ये भी मैं किसी ने सवाल पूछन का कहा से अगर गलत होया तो उन्होंने गाला कटियो मैं कुछ ना कहो मेरा कोई कसूर नहीं है। मेरा प्रोग्राम है जी लाइक करो सबसक्राइब करो शेयर करो तो वधिया वधिया कमेंट्स करो तो अपने बीरां नूं इजाजत दिओ। अल्लाह हाफिज़।